ਪ੍ਰੋ ਪੰਜਾਬ ਟੀਵੀ 'ਤੇ ਤੁਹਾਡਾ ਸਵਾਗਤ ਹੈ। ਮੈਂ ਮਨਦੀਪਜੋਤ ਸਿੰਘ। ਇਸ ਵੇਲੇ ਦੀ ਖਬਰ ਸਾਹਮਣੇ ਆ ਰਹੀ ਹੈ, ਦੱਸ ਦਈਏ ਕਿ ਕੈਨੇਡਾ ਤੋਂ ਇੱਕ ਕੁੜੀ ਵਿਆਹ ਕਰਾ ਕੇ ਗਈ ਸੀ ਅਤੇ ਬਾਅਦ ਦੇ ਵਿੱਚ ਕੈਨੇਡਾ ਦੇ ਵਿੱਚ ਜਾ ਕੇ ਮੁੱਕਰ ਜਾਂਦੀ ਹੈ ਅਤੇ ਪਿੱਛੇ ਜਿਹੜਾ ਪਰਿਵਾਰ ਦਾ ਪੂਰਾ ਬੁਰਾ ਹਾਲ ਹੋ ਜਾਂਦਾ ਅਤੇ ਮੁੰਡੇ ਦੇ ਦਾਦਾ ਦੀ ਮੌਤ ਹੋ ਗਈ ਹੈ। ਜੀ ਹਾਂ, ਦੱਸ ਦਈਏ ਕਿ ਮੁੰਡੇ ਦੇ ਦਾਦੇ ਦੀ ਮੌਤ ਹੋ ਗਈ ਹੈ। ਤੁਸੀਂ ਦੇਖ ਸਕਦੇ ਹੋ, ਤਸਵੀਰ ਹੈ, ਕੁੜੀ ਪਹਿਲਾਂ ਵਿਆਹ ਕਰਵਾ ਕੇ ਜਾਂਦੀ ਹੈਗੀ ਤਾਂ ਬਾਅਦ ਦੇ ਵਿੱਚ ਪਰਿਵਾਰ ਦੇ ਵਿੱਚ ਜਿਹੜਾ ਪੂਰਾ ਬੁਰਾ ਹਾਲ ਹੋ ਜਾਂਦਾ ਕਿਉਂਕਿ ਕੁੜੀ ਗੱਲਬਾਤ ਨਹੀਂ ਕਰਦੀ, ਪੂਰਾ ਸੰਪਰਕ ਜਿਹੜਾ ਤੋੜ ਦਿੰਦੀ ਹੈਗੀ ਮੁੰਡੇ ਦੇ ਨਾਲੋਂ। ਬਾਅਦ ਦੇ ਵਿੱਚ ਮੁੰਡੇ ਦਾ ਦਾਦਾ ਟੈਨਸ਼ਨ ਲੈ ਜਾਂਦਾ ਇਸ ਗੱਲ ਦੀ ਕਿ ਮੇਰੇ ਪੋਤੇ ਨਾਲ ਬਹੁਤ ਮਾੜਾ ਹੋ ਰਿਹਾ, ਤਾਂ ਜਿਸ ਤੋਂ ਬਾਅਦ ਉਹ ਖੁਦ ਨਹਿਰ ਦੇ ਵਿੱਚ ਜਾ ਕੇ ਛਾਲ ਮਾਰ ਦਿੰਦਾ, ਭਾਖੜਾ ਨਹਿਰ ਦੇ ਵਿੱਚ ਜਾ ਕੇ ਜਿਹੜਾ ਉਹ ਛਾਲ ਮਾਰ ਦਿੰਦਾ ਅਤੇ ਉਹ ਆਪਣੀ ਜੀਵਨ ਲੀਲਾ ਜਿਹੜਾ ਸਮਾਪਤ ਕਰ ਲੈਂਦਾ। ਤਾਂ ਦੱਸ ਦਈਏ ਕਿ ਬੇਹੱਦ ਮੰਦਭਾਗੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ, ਦੇਖ ਸਕਦੇ ਹੋ ਤੁਸੀਂ। ਦੱਸ ਦਈਏ ਕਿ ਇਹ ਖਬਰ ਜਿਹੜੀ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਸਰਹੰਦ ਦੇ ਨੇੜੇ ਇੱਕ ਪਿੰਡ ਪੈਂਦਾ, ਫਤਿਹਗੜ੍ਹ ਸਾਹਿਬ ਸਰਹੰਦ ਦੇ ਨੇੜੇ ਇੱਕ ਪਿੰਡ ਪੈਂਦਾ ਗਾ ਜਿੱਥੋਂ ਦਾ ਇਹ ਮੁੰਡਾ ਰਹਿਣ ਵਾਲਾ ਸੀ। ਤਾਂ ਦੱਸ ਦਈਏ ਕਿ ਉੱਥੇ ਹੀ ਜਿਹੜਾ ਭਾਖੜਾ ਨਹਿਰ ਦੇ ਵਿੱਚ ਇਸਦੇ ਦਾਦੇ ਨੇ ਦੁਖੀ ਹੋ ਕੇ ਛਾਲ ਮਾਰ ਰਹੀ ਹੈ। ਪਿੰਡ ਮੰਡੌਰ ਦੱਸਿਆ ਜਾ ਰਿਹਾ ਜਿੱਥੇ ਦਾ ਮੁੰਡਾ ਰਹਿਣ ਵਾਲਾ ਸੀ ਅਤੇ ਕੁੜੀ ਜਿਹੜੀ ਹੈ ਇਹ ਵਿਆਹ ਕਰਾਇਆ ਸੀ ਕੁੜੀ ਨੇ। ਤਾਂ ਦੱਸ ਦਈਏ ਕਿ 30 ਲੱਖ ਰੁਪਇਆ ਪਰਿਵਾਰ ਕਹਿੰਦਾ ਕਿ ਸਾਡਾ ਲੱਗਿਆ, 30 ਲੱਖ ਰੁਪਇਆ ਲਾ ਕੇ ਅਸੀਂ ਕੁੜੀ ਬਾਹਰ ਭੇਜੀ ਸੀ ਅਤੇ ਨਾਲ ਹੀ ਸਾਨੂੰ ਤਾਂ ਕੁੜੀ ਦੇ ਪਰਿਵਾਰ ਨੇ ਕਿਹਾ ਸੀ ਕਿ ਹੁਣ ਥੋੜ੍ਹੀ ਦੇਰ ਦੇ ਵਿੱਚ ਤੁਹਾਡੇ ਮੁੰਡੇ ਨੂੰ ਵੀ ਬੁਲਾ ਲਏਗੀ, ਪਰ ਕਹਿੰਦੇ ਉਸਨੇ ਤਾਂ ਜਾ ਕੇ ਸਾਨੂੰ ਕੋਈ ਫੋਨ ਨਹੀਂ ਕੀਤਾ ਅਤੇ ਨਾ ਹੀ ਸਾਡਾ ਫੋਨ ਚੱਕਿਆ, ਸਾਡੇ ਨਾਲ ਕੰਟੈਕਟ ਤੋੜ ਲਿਆ ਅਤੇ ਮੁੰਡੇ ਦਾ ਦਾਦਾ ਟੈਨਸ਼ਨ ਲੈ ਗਿਆ ਜਿਸ ਦੇ ਕਰਕੇ ਉਹ ਭਾਖੜਾ ਨਹਿਰ ਦੇ ਵਿੱਚ ਛਾਲ ਮਾਰ ਲੈਂਦਾ ਅਤੇ ਉਸ ਤੋਂ ਬਾਅਦ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦਾ। ਤਾਂ ਦੱਸ ਦਈਏ ਕਿ ਕੁੜੀ ਦੇ ਪਰਿਵਾਰ ਜਿਹੜਾ ਕੁੜੀ ਦਾ ਪਰਿਵਾਰ ਵੀ ਮੁੱਕਰ ਚੁੱਕਿਆ ਪੂਰਾ, ਕਿਉਂਕਿ ਕੁੜੀ ਦਾ ਪਰਿਵਾਰ ਵੀ ਕਹਿ ਰਿਹਾ ਕਿ ਨਾ ਹੀ ਅਸੀਂ ਤੁਹਾਨੂੰ 1 ਰੁਪਇਆ ਵੀ ਵਾਪਸ ਕਰਨਾ ਅਤੇ ਸਾਡੀ ਕੁੜੀ ਹੁਣ ਤੁਹਾਡੇ ਨਾਲ ਕੋਈ ਕੰਟੈਕਟ ਨਹੀਂ ਰੱਖੇਗੀ, ਕੋਈ ਰਿਸ਼ਤਾ ਤੁਹਾਡੇ ਨਾਲ ਨਹੀਂ ਰੱਖੇਗੀ। ਤਾਂ ਲਗਾਤਾਰ ਇਹ ਕੰਮ ਜਾਰੀ ਆ, ਪਤਾ ਨਹੀਂ ਲੋਕ ਫਿਰ ਵੀ ਕਿਉਂ ਨਹੀਂ ਸੁਧਰਦੇ, ਕਿਉਂ ਨਹੀਂ ਲੋਕ ਸਬਕ ਲੈਂਦੇ ਕਿ ਆਖਿਰਕਾਰ ਜਦੋਂ ਅਜਿਹੀਆਂ ਖਬਰਾਂ ਵਾਰ ਵਾਰ ਸਾਹਮਣੇ ਆਉਂਦੀਆਂ ਨੇ ਤਾਂ ਫਿਰ ਇਹ ਰਿਸਕ ਲੈਣ ਦੀ ਕੀ ਲੋੜ ਹੈ, ਕਿਉਂਕਿ ਰਿਸਕ ਹੀ ਕਹਿ ਸਕਦੇ ਹਾਂ ਅੱਜ ਕੱਲ੍ਹ ਰਿਸ਼ਤੇ ਨਹੀਂ ਰਹੇ। ਠੀਕ ਹੈ, ਯਕੀਨ ਦੇ ਨਾਲ ਤੁਸੀਂ ਕਰ ਲੈਂਦੇ ਹੋ, ਪਰ ਬਾਅਦ ਦੇ ਵਿੱਚ ਜਦੋਂ ਆਹ ਕੁਛ ਹੁੰਦਾ ਫਿਰ ਵੀ ਤਾਂ ਜਿਹੜਾ ਚੁੱਪ ਕਰਕੇ ਬੰਦਾ ਬਹਿੰਦਾ ਹੀ ਹੈ। ਇਸ ਤੋਂ ਵਧੀਆ ਕਿ ਪਹਿਲਾਂ ਹੀ ਜਿਹੜਾ ਜਦੋਂ ਇੰਨੀਆਂ ਖਬਰਾਂ ਵਾਰ ਵਾਰ ਆਉਂਦੀਆਂ, ਹਰੇਕ ਮਹੀਨੇ ਅਜਿਹੀ ਖਬਰ ਇੱਕ ਅੱਧੀ ਆਉਂਦੀ ਆਉਂਦੀ ਹੈ ਤਾਂ ਉਹਨਾਂ ਖਬਰਾਂ ਨੂੰ ਦੇਖ ਕੇ ਸਿੱਖ ਲੈਣਾ ਚਾਹੀਦਾ ਕਿ ਅਜਿਹਾ ਕੁਝ ਆਮ ਹੋ ਗਿਆ, ਕੈਨੇਡਾ ਜਾਣਾ, ਕੈਨੇਡਾ ਜਾ ਕੇ ਮੁੱਕਰਨਾ ਕੁੜੀਆਂ ਦਾ ਇਹ ਆਮ ਗੱਲ ਹੋ ਗਈ ਹੈ। ਤਾਂ ਤੁਸੀਂ ਜਿਹੜਾ ਧਿਆਨ ਰੱਖੋ ਆਪਦਾ, ਜਾਂ ਤਾਂ ਦੋਨੇ ਇਕੱਠੇ ਜਾਣ, ਨਹੀਂ ਫਿਰ ਕੋਈ ਵੀ ਨਾ ਜਾਵੇ, ਕਿਉਂਕਿ ਬਾਅਦ ਦੇ ਵਿੱਚ ਰੋਣ ਨਾਲੋਂ ਪਛਤਾਉਣ ਨਾਲੋਂ ਫਿਰ ਨਾ ਤਾਂ ਵੇਲਾ ਹੱਥ ਆਉਂਦਾ ਅਤੇ ਨਾ ਹੀ ਫਿਰ ਰੁਪਏ ਹੱਥ ਆਉਂਦੇ ਨੇ। ਤਾਂ ਸਿੱਧਾ ਲੈ ਚੱਲਦੇ ਹਾਂ, ਪਰਿਵਾਰਕ ਮੈਂਬਰਾਂ ਤਾਂ ਕੀ ਕਹਿ ਰਹੇ ਨੇ ਸੁਣਾਉਣਾ ਤੁਹਾਨੂੰ। ਮੇਰਾ ਨਾਮ ਜੀ ਸੰਦੀਪ ਸਿੰਘ, ਮੇਰੇ ਭਤੀਜਾ ਸੀਗੇ ਜਿਹੜੇ ਅਸੀਂ ਉਹ ਕੀਤਾ ਸੀਗਾ, ਵਿਦੇਸ਼ ਜਾ ਰਹੇ ਸੀ ਉਹਦੀ ਬਹੂ ਲਈ, ਅਸੀਂ ਸਾਡੀ ਭਤੀਜ ਨੂੰ ਸੀਗੀ ਮੇਰੀ, ਅਤੇ ਉਹਨੇ ਸਾਡੇ ਨਾਲ ਅਸੀਂ 14 ਜੁਲਾਈ 2023 ਨੂੰ ਉਹਦੀ ਮੈਰਿਜ ਕਰੀ ਸੀਗੀ ਸਾਡੇ ਬੱਚੇ ਨਾਲ। ਉਹਨਾਂ ਨੇ ਕਿਹੜੇ ਪਿੰਡ ਕੀਤੀ ਸੀ, ਕਿੱਥੇ ਗਈ ਸੀ ਬਰਾਤ? ਖਿਜਰਾਬਾਦ ਗਈ ਸੀ ਜੀ, ਆਪਣੇ ਕਰਾਲੀ ਤੋਂ 15 ਕਿਲੋਮੀਟਰ ਪੈਂਦਾ ਬਲਾਕ ਮਾਜਰੀ ਕੋਲ ਨੂੰ ਖਿਜਰਾਬਾਦ ਪਿੰਡ। ਕੀ ਨਾਮ ਸੀ ਲੜਕੀ ਦੇ ਪਿਤਾ ਦਾ? ਤਰਲੋਚਨ ਸਿੰਘ ਬਿੱਟੂ, ਉਹਨਾਂ ਦੀ ਫੋਟੋਗ੍ਰਾਫਰ ਦੀ ਦੁਕਾਨ ਆ। ਅਤੇ ਅਸੀਂ ਉੱਥੇ ਬਰਾਤ ਲੈ ਗਏ 20 ਬੰਦੇ, ਅਤੇ 20 ਬੰਦੇ ਅਸੀਂ ਚੁੰਨੀ ਚੜ੍ਹਾ ਕਰਕੇ ਲੈ ਗਏ ਸੀਗੇ ਉਹਨਾਂ ਦਾ। ਅਤੇ ਜਦੋਂ 32-33 ਦਿਨ ਸਾਡੇ ਕੋਲ ਰਹੀ ਆ ਬਹੂ ਉਰੇ ਕੁੜੀ ਉਹ, ਅਤੇ ਉਸ ਤੋਂ ਬਾਅਦ ਅਸੀਂ ਉਹ ਕਨੇਡਾ ਨੂੰ ਜਹਾਜ਼ ਚੜ੍ਹਾ ਤੀ, ਅਤੇ ਉੱਥੇ 2 ਕੁ ਮਹੀਨੇ ਫਿਰ ਸਾਡੇ ਉੱਥੇ ਰਹੀ ਆ, 2 ਕੁ ਮਹੀਨੇ ਸਾਡੇ ਨਾਲ ਵਧੀਆ ਗੱਲਬਾਤ ਕਰਦੀ ਰਹੀ ਆ। ਅਸੀਂ ਚਲੋ ਗੱਲ ਤਾਂ ਉਹ ਰੁੱਖੇਪਣ 'ਚ ਕਰਦੀ ਸੀਗੀ, ਫਿਰ ਵੀ ਅਸੀਂ ਉਹ ਚੱਲ ਸਾਨੂੰ ਆਏ ਦੀ ਵੀ ਚਲੋ ਬੱਚੇ ਦਾ ਮਾਇੰਡ ਹੁੰਦਾ ਕੁਛ ਇੱਦਾਂ ਦਾ ਹੀ, ਵੀ ਕੋਈ ਗੱਲ ਨਹੀਂ, ਕਈ ਵਾਰ ਨਹੀਂ ਵੀ ਦਿਲ ਲੱਗਦਾ ਹੈਗਾ ਬਾਹਰ ਗਏ ਦਾ, ਫਿਰ ਅਸੀਂ ਕੋਈ ਗੱਲ ਨਹੀਂ, ਅਸੀਂ ਇਹੀ ਗੱਲ ਸੋਚੀ ਗਏ ਵੀ ਚਲੋ ਬੱਚਾ ਤਾਂ ਕਰਕੇ ਨਹੀਂ ਗੱਲ ਸਹੀ ਤਰੀਕੇ ਨਾਲ ਕਰਦਾ ਹੈਗਾ। ਅਤੇ ਉਸ ਤੋਂ ਬਾਅਦ ਸਾਡੇ ਨਾਲ ਫਿਰ ਉਹਨੇ ਹੌਲੀ ਹੌਲੀ ਗੱਲ ਕਰਨੀ ਘਟਾ ਦਿੱਤੀ ਸਾਰੀ। ਚਲੋ ਸਾਡੇ ਭਾਬੀ ਉਹਨਾਂ ਨੇ ਵੀ ਬਹੁਤ ਜ਼ੋਰ ਲਾਇਆ ਵੀ ਭਾਈ ਕੀ ਗੱਲ ਆ, ਫਿਰ ਕੁੜੀ ਦੇ ਮਾਂ ਪਿਓ ਨਾਲ ਵੀ ਗੱਲਬਾਤ ਕੀਤੀ ਇਸੇ ਮਸਲੇ ਪਿੱਛੇ ਵੀ ਕੀ ਚੱਕਰ ਕੀ ਆ, ਉਹ ਸਾਨੂੰ ਕੋਈ ਰਾਹ ਨਹੀਂ ਦੇ ਰਿਹਾ ਹੈ।
ਫਿਰ ਅਸੀਂ ਉਹਨਾਂ ਨੂੰ ਇਹ ਵੀ ਗੱਲ ਕਹੀ, ਉਹ ਸਾਨੂੰ ਕੁੜੀ ਦਾ ਪਿਓ ਕਹਿੰਦੇ ਕਰੇ ਵੀ ਚਲੋ ਤੁਸੀਂ ਇੱਦਾਂ ਕਰੋ ਆਪਣੇ ਬੱਚੇ ਦੀ ਤਿਆਰੀ ਕਰੋ, ਵੀ ਤੁਸੀਂ ਆਪਣੀਆਂ ਫੋਟੋਆਂ ਵਗੈਰਾ ਦਾ ਇੰਤਜ਼ਾਮ ਕਰੋ ਨਾ, ਉੱਥੇ ਫਾਈਲ ਦਾ ਉਹ ਕਰੋ ਤਿਆਰੀ। ਅਤੇ ਸਾਨੂੰ ਅਸੀਂ ਉਹਨਾਂ ਨੂੰ ਜਦੋਂ ਵੀ ਕਹਿੰਦੇ ਸੀਗੇ ਵੀ ਚਲੋ ਤੁਸੀਂ ਐਂ ਕਰੋ ਵੀ ਸਾਨੂੰ ਫੋਟੋਆਂ ਦੇਵੋ ਜੋ ਮੈਰਿਜ ਦੀਆਂ ਨੇ, ਵੀ ਅਸੀਂ ਉੱਥੇ ਲਾਉਣੀਆਂ ਨੇ, ਉੱਥੇ ਜਦੋਂ ਕੁੜੀ ਬਾਹਰ ਜਾਂਦਾ ਬੱਚਾ ਕੋਈ ਵੀ ਕਿਸੇ ਦਾ ਮੁੰਡਾ, ਅਤੇ ਉਹ ਤੁਹਾਨੂੰ ਪਤਾ ਉਹਦਾ ਰਿਕਾਰਡ ਚਾਹੀਦਾ ਹੁੰਦਾ, ਫੋਟੋਗ੍ਰਾਫੀ ਵਗੈਰਾ, ਰਿਕਾਰਡਿੰਗ ਵਗੈਰਾ, ਜੋ ਵਟਸਐਪ 'ਤੇ ਚੈਟ ਵਗੈਰਾ, ਉਹ ਫਿਰ ਸਾਡੇ ਕੋਲ ਹੈ ਨਹੀਂ ਸੀ। ਅਸੀਂ ਉਹਨਾਂ ਨੂੰ ਬਥੇਰਾ ਜੋਲਾ ਵੀ ਸਾਡੇ ਕੋਲ ਫੋਟੋਆਂ ਨਹੀਂ, ਫੋਟੋਆਂ ਵੀ ਸਾਨੂੰ ਇਹੀ ਕਹਿੰਦੇ ਰਹੇ ਵੀ ਸਾਡਾ ਲੈਪਟਾਪ ਖਰਾਬ ਹੋ ਗਿਆ। ਜਦੋਂ ਲੈਪਟਾਪ ਬਾਰੇ ਮੈਂ ਉਹਨਾਂ ਨੂੰ ਕਿਹਾ ਵੀ ਚਲੋ ਕੋਈ ਗੱਲ ਨਹੀਂ ਸਰਦਾਰ ਜੀ, ਵੀ ਲੈਪਟਾਪ ਜੇ ਖਰਾਬ ਹੋਇਆ ਤਾਂ ਕੋਈ ਗੱਲ ਨਹੀਂ, ਵੀ ਜਿੰਨੇ ਪੈਸੇ ਲੱਗਣਗੇ ਲਾ ਦਿਓ, ਵੀ ਮੈਂ ਕੋਈ ਗੱਲ ਨਹੀਂ, ਮੈਂ ਤੁਹਾਨੂੰ ਪੈਸੇ ਮੈਂ ਦੇ ਦੂੰਗਾ, ਠੀਕ ਆ। ਆਪਣੇ ਕੋਲ ਵੀ ਲੈਪਟਾਪ ਠੀਕ ਕਰਵਾ ਲਓ, ਵੀ ਬੱਚੇ ਦੀ ਜ਼ਿੰਦਗੀ ਦਾ ਸਵਾਲ ਆ, ਦੋਨਾਂ ਧਿਰਾਂ ਦੀ ਦਾ ਆਪਣੀ ਦਾ। ਫਿਰ ਸੁੱਚਾ ਸਿੰਘ ਜਿਹੜੇ ਕਿ ਕਿਵੇਂ ਕੀ ਕਾਰਨ ਲਿਆ ਕਿ ਉਹਨਾਂ ਦੀ ਖੁਦਕੁਸ਼ੀ ਕਰਨੀ ਪਈ? ਉਹ ਬਸ ਇਸੇ ਟੈਨਸ਼ਨ 'ਚ ਰਹਿੰਦੇ ਸੀਗੇ, ਉਹ ਟੈਨਸ਼ਨ 'ਚ ਇਸੇ 'ਚ ਰਹਿੰਦੇ ਸੀਗੇ ਵੀ ਮੇਰੇ ਫਾਦਰ ਸੀਗੇ ਸੁੱਚਾ ਸਿੰਘ, ਅਤੇ ਉਹਨਾਂ ਨੂੰ ਬਸ ਇਹੀ ਟੈਨਸ਼ਨ ਰਹਿੰਦੀ ਸੀ ਵੀ ਉਹਨਾਂ ਨੇ ਵੀ ਮੇਰੀ ਵੀ ਨਹੀਂ ਮੰਨੀ, ਮੇਰੇ ਤੋਂ ਡੈਡੀ ਦੀ, ਉਹਨਾਂ ਨੇ ਵੀ ਬਹੁਤ ਉਹਨਾਂ ਨੂੰ ਹੱਥ ਜੋੜੇ, ਕੁੜੀ ਦੇ ਫਾਦਰ ਨੂੰ, ਕੁੜੀ ਦੇ ਚਾਚੇ ਨੂੰ, ਵੀ ਤੁਸੀਂ ਇੱਦਾਂ ਨਾ ਕਰੋ, ਤੁਹਾਡੇ ਨਾਲ ਧੋਖਾ ਵੀ ਦੇਖੋ ਇੱਦਾਂ ਚੰਗਾ ਨਹੀਂ ਹੁੰਦਾ ਗਾ, ਵੀ ਮੇਰਾ ਤਾਂ ਸਾਲ ਪਹਿਲਾਂ ਬੇਟਾ ਵੀ ਮਰ ਲਿਆ, ਕੁਛ ਮਹੀਨੇ ਪਹਿਲਾਂ ਮਰਿਆ ਸੀਗਾ, ਉਸ ਟਾਈਮ ਡੈਥ ਹੋਈ ਸੀ ਬ੍ਰਦਰ ਦੀ। ਕੀ ਜਿਹਦੇ ਨਾਲ ਮੈਰਿਜ ਹੋਈ ਸੀ, ਲੜਕੇ ਦਾ ਕੀ ਨਾਂ ਸੀ? ਉਹਦਾ ਨਾਮ ਜਸ਼ਨਪ੍ਰੀਤ ਸਿੰਘ। ਉਹਦੇ ਪਿਤਾ ਜੀ? ਹਰਦੀਪ ਸਿੰਘ ਸੋਹੀ। ਉਹ ਹੈ ਨਹੀਂ? ਨਹੀਂ, ਉਹ ਐਕਸਪਾਇਰ ਹੋ ਗਈ ਸੀਗਾ 6 ਮਹੀਨੇ ਪਹਿਲਾਂ, 7 ਮਹੀਨੇ ਪਹਿਲਾਂ। ਅੱਛਾ। ਉਹ 14 ਆਪਣੇ ਹੋ ਗਈ ਸੀ, 1 ਸਤੰਬਰ 1 ਨਵੰਬਰ ਨੂੰ ਡੈਥ ਹੋਈ ਸੀਗੀ ਉਹਨਾਂ ਦੀ, ਅਤੇ ਕੁਛ ਫਿਰ ਕੁਛ ਮਹੀਨੇ ਪਹਿਲਾਂ ਹੀ ਡੈਥ ਹੋਈ ਸੀਗੀ। ਉਹ ਸਾਡੇ ਕੋਲ ਚਲੋ ਐਕੜਾਂ ਕਰਕੇ ਰਿਸ਼ਤਾ ਆ ਗਿਆ ਸੀਗਾ ਵੀ ਚਲੋ ਘਰ ਦਾ ਮਾਹੌਲ ਚੇਂਜ ਹੋ ਜੂਗਾ, ਬੱਚਿਆਂ ਦਾ ਵੀ ਦਿਲ ਲੱਗ ਜੂਗਾ, ਵੀ ਚਲੋ ਅਸੀਂ ਤਾਂ ਇਸ ਮਸਲੇ ਪਿੱਛੇ ਹਾਮੀ ਭਰ ਬੈਠੇ ਸੀਗੇ, ਅਸੀਂ ਕੋਈ ਉਹਨਾਂ ਪਿੱਛੇ ਪੁੱਛ ਗਿੱਛ ਵੀ ਨਹੀਂ ਕਰੀ ਵੀ ਚਲੋ ਕੋਈ ਜਿਹਨਾਂ ਖਿਲਾਫ਼ ਮਾਮਲਾ ਦਰਜ ਕਿਸੇ ਪੁਲਿਸ ਨੇ ਕੀਤਾ, ਪੁਲਿਸ ਨੇ ਕਿਸੇ ਨੇ ਕਾਰਵਾਈ ਕੀਤੀ? ਹਾਂਜੀ, ਉਹਨਾਂ ਦੇ 6 ਦੇ ਖਿਲਾਫ਼ ਆ ਜੀ, ਹੁਣ ਕੁੜੀ ਦੇ ਫਾਦਰ ਸਾਹਿਬ ਚੱਕੇ ਹੋਏ ਨੇ ਸਰਹੰਦ ਥਾਣੇ ਦੇ ਵਿੱਚ ਉਹ, ਅਤੇ ਬਾਕੀ ਉਹਨਾਂ ਨੇ ਚੱਕਣ ਜਾਣਾ ਜੇ। ਸਾਨੂੰ ਤਾਂ ਹੁਣ ਇਹੀ ਹੈ ਜੀ, ਚਲੋ ਅਸੀਂ ਕਰਜ਼ਾ ਚੱਕ ਕੇ ਬਹੂ ਬਾਹਰ ਭੇਜੀ ਸੀਗੀ, ਠੀਕ ਹੈ, ਕੁਛ ਪੈਸੇ ਸਾਨੂੰ ਸਾਡੇ ਬ੍ਰਦਰ ਨੇ ਵੀ ਇਨਵੈਸਟ ਕੀਤੇ ਹੋਏ ਸੀਗੇ। ਸਾਨੂੰ ਤਾਂ ਇਹ ਵੀ ਸਾਨੂੰ ਹੁਣ ਇਨਸਾਫ਼ ਦਿਵਾਇਆ ਜਾਵੇ ਸਰਕਾਰ ਨੂੰ, ਅਸੀਂ ਇਹੀ ਅਪੀਲ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਸਾਨੂੰ ਇਨਸਾਫ਼ ਦਿੱਤਾ ਜਾਵੇ। ਕੀ ਹੋਇਆ ਜਿਵੇਂ ਤੁਹਾਡੇ ਦਾਦਾ ਜੀ ਨੇ ਖੁਦਕੁਸ਼ੀ ਕਰਨੀ ਪਈ, ਕੀ ਹੋ ਗਿਆ? ਮੇਰੇ ਫਾਦਰ ਦੀ ਡੈਥ ਹੋ ਗਈ ਸੀ 1 ਨਵੰਬਰ ਨੂੰ, ਅਤੇ ਉਹਨਾਂ ਦੀ ਡੈਥ ਤੋਂ ਬਾਅਦ 2022 ਨੂੰ, ਅਤੇ ਉਹ ਤੋਂ ਬਾਅਦ ਡੈਥ ਤੋਂ ਬਾਅਦ ਚਲੋ ਸਾਨੂੰ ਇਹ ਸੀ ਕਿ ਘਰ ਦਾ ਮਾਹੌਲ ਚੇਂਜ ਹੋਊਗਾ, ਅਤੇ ਵੀਰ ਜੀ ਦੀ ਅਸੀਂ ਮੈਰਿਜ ਕਰ ਮਤਲਬ ਰਿਸ਼ਤਾ ਵਗੈਰਾ ਆਇਆ ਸਾਡੇ ਕੋਲ, ਰਿਸ਼ਤਾ ਆਉਣ ਤੋਂ ਬਾਅਦ ਚਲੋ ਅਸੀਂ ਮੈਰਿਜ ਵਗੈਰਾ ਉਹ ਕਰੀ। ਸਾਨੂੰ ਚਲੋ ਉਹਨਾਂ ਨੇ ਇਹ ਕਿਹਾ ਕਿ ਅਸੀਂ ਤੁਹਾਡੇ ਨਾਲ ਹਾਂ, ਸਾਰਾ ਕੁਛ ਕਰਾਂਗੇ। ਅਸੀਂ ਉਹਨਾਂ ਨੂੰ ਇਹ ਵੀ ਕਿਹਾ ਸੀ ਕਿ ਸਾਡੇ ਫਾਦਰ ਦੀ ਡੈਥ ਹੋ ਗਈ, ਸਾਡੇ ਸਿਰ 'ਤੇ ਕੋਈ ਉਹ ਨਹੀਂ ਹੈਗਾ। ਚਲੋ ਫਿਰ ਵੀ ਇਹਨਾਂ ਨੂੰ ਅਸੀਂ ਉਹ ਕਰਿਆ, ਕਰਜ਼ਾ ਵਗੈਰਾ ਚੱਕਿਆ, ਜੋ ਕੁਛ ਪੈਸੇ ਸੀਗੇ ਪਾਪਾ ਨੇ ਜੋੜੇ ਹੋਏ ਸੀ ਉਹ ਰੱਖੇ, ਉਸ ਤੋਂ ਬਾਅਦ ਕਰਕੇ ਚਲੋ ਉਹਨੂੰ ਕੁੜੀ ਨੂੰ ਬਾਹਰ ਭੇਜਤਾ। ਭੇਜਣ ਤੋਂ ਬਾਅਦ ਉਹਨਾਂ ਨੇ ਸਾਡੇ ਨਾਲ ਜਦੋਂ ਗੱਲਬਾਤ ਨਹੀਂ ਕੀਤੀ ਹੈਗੀ ਤਾਂ ਬਹੁਤ ਜ਼ਿਆਦਾ ਸਾਰੇ ਟੈਨਸ਼ਨ 'ਚ ਰਹਿਣ ਲੱਗ ਗਏ। ਵੀਰ ਜੀ ਵੀ ਬਹੁਤ ਜ਼ਿਆਦਾ ਉਹ ਕਰਨ ਲੱਗ ਗਏ ਕਿ ਇਹ ਤਾਂ ਸਾਡੇ ਨਾਲ ਜਮਾਂ ਹੀ ਨਹੀਂ ਗੱਲਬਾਤ ਕਰ ਰਹੇ। ਉਹਨਾਂ ਨਾਲ ਗੱਲਬਾਤ ਵੀ ਕੀਤੀ ਕਿ ਚਲੋ ਸਾਡੇ ਨਾਲ ਗੱਲਬਾਤ ਕਰਾਓ ਕੁੜੀ ਦੀ, ਉਹ ਮੰਨੇ ਨਹੀਂ ਹੈਗੇ, ਕਹਿੰਦੇ ਸਾਡੀ ਕੁੜੀ ਦਾ ਤਾਂ ਜੀ ਨਹੀਂ ਕਰਦਾ, ਬਸ ਉਹ ਇਹੀ ਕਹੀ ਜਾਂਦੇ ਸੀ ਹਰੇਕ ਨੂੰ। ਉਸ ਤੋਂ ਬਾਅਦ ਜਦੋਂ ਦਾਦਾ ਜੀ ਉਹਨਾਂ ਨੇ ਵੀ ਬਹੁਤ ਗੱਲਬਾਤ ਕੀਤੀ, ਦਾਦਾ ਜੀ ਨੇ ਕਿਹਾ ਕਿ ਹੈ ਨਾ ਇਹ ਪਹਿਲਾਂ ਹੀ ਵਿਚਾਰੇ ਉਹ ਨੇ, ਸਾਡੇ ਤਾਂ ਪਹਿਲਾਂ ਹੀ ਨਹੀਂ ਹੈਗਾ ਪੁੱਤ, ਇੰਨੇ ਮਹੀਨੇ ਹੋ ਗਏ ਕਿ ਡੈਥ ਹੋਈ ਨੂੰ, ਉਹਨਾਂ ਦੀ ਵੀ ਨਹੀਂ ਸੁਣੀ ਹੈਗੀ, ਉਹਨਾਂ ਦੀ ਟੈਨਸ਼ਨ ਕਰਕੇ ਤਾਂ ਉਹਨਾਂ ਨੇ ਉਹ ਕਰ ਲਿਆ, ਖੁਦਕੁਸ਼ੀ ਕੀਤੀ ਆ। ਪਰ ਸਾਨੂੰ ਤਾਂ ਇਹੀ ਪ੍ਰਸ਼ਾਸਨ ਤੋਂ ਇਹੀ ਚਾਹੀਦਾ ਕਿ ਸਾਨੂੰ ਇਨਸਾਫ਼ ਦਿੱਤਾ ਜਾਵੇ, ਉਹਨਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ।